इना रब ने कांग्रेस पार्टी ने मान सम्मान से सानू इज्जत दिती है कि मैं सीधा ना भी करा सकां वीके डेटे तरीके नाल आशु जी बिटू जी इन्हां नूं मैं कह के थोड़े कल तक पर गल दी सुनवाई करवा सकदा ਫਿਰ ਮੈਂ ਮੇਨ ਕਾਂਗਰਸ ਦੇ ਵਿੱਚ ਮੈਂ ਡਿਫਰੈਂਟ ਐਮ ਪੀਸ ਦੇ ਨਾਲ ਕੰਮ ਕੀਤਾ ਪਹਿਲਾਂ ਜਗਵੀਰ ਬਰਾੜ ਫਿਰ ਮਨੀਸ਼ ਤਿਵਾੜੀ ਫਿਰ ਮੈਂ ਬਿੱਟੂ ਜੀ ਨਾਲ ਪਰ ਸਾਰੇ ਨਾਲੋਂ ਇੰਪੋਰਟੈਂਟ ਗੱਲ ਇਹ ਹੈ ਕਿ ਵੀ ਤੁਸੀਂ ਸਾਡੇ ਬੜੇ ਫੋਰਚੂਨੇਟ ਹੋ ਖਾਸ ਕਰਕੇ ਲੁਧਿਆਣੇ ਆ ਕਿ ਕੈੜਾ ਸਾਹਿਬ ਦੇ ਪਿੱਛੇ ਪੂਰੀ ਦੀ ਪੂਰੀ ਜਿਹਨੂੰ ਕਹੀਏ ਪੋਲੀਟੀਕਲ ਬੈਕਿੰਗ ਹੈਗੀ ਹੈ ਪੂਰੀ ਡਿਸਟ੍ਰਿਕਟ ਦੀ ਜਿਹੜੀ ਲੀਡਰਸ਼ਿਪ लुधियाना के सर्किट हाउस में आज इम्प्रूवमेंट ट्रस्ट के नव नियुक्त चेयरमैन रमन सुब्रमण्यम के सम्मान में कांग्रेसी वर्करों द्वारा सम्मान समारोह रखा गया था, जहां उन्होंने अपनी कामयाबी के राज कांग्रेसी वर्करों के साथ साझे किए। साथ ही उन्होंने मीटिंग को संबोधित करते हुए एक चौंकाने वाला बयान देकर सबको हैरान कर दिया। सुब्रमण्यम के चौंकाने वाले बयान को आप भी सुने, उनकी इस कामयाबी के राज और उनका चौंकाने वाला बयान। ਇਨਾ ਰੱਬ ਨੇ ਕਾਂਗਰਸ ਪਾਰਟੀ ਨੇ ਮਾਨ ਸਨਮਾਨ ਤੇ ਸਾਨੂੰ ਇੱਜ਼ਤ ਦਿੱਤੀ ਹੈ ਕਿ ਮੈਂ ਸਿੱਧਾ ਨਾ ਵੀ ਕਰਾ ਸਕਾਂ ਵੀਕੇ ਡੇਟੇ ਤਰੀਕੇ ਨਾਲ ਆਸ਼ੂ ਜੀ ਬਿੱਟੂ ਜੀ ਇਹਨਾਂ ਨੂੰ ਮੈਂ ਕਹਿ ਕੇ ਤੁਹਾਡੇ ਕੱਲ ਘੱਟੋ ਘੱਟ ਗੱਲ ਦੀ ਸੁਣਵਾਈ ਕਰਵਾ ਸਕਦਾ। ਫਿਰ ਮੈਂ ਮੇਨ ਕਾਂਗਰਸ ਦੇ ਵਿੱਚ ਮੈਂ ਡਿਫਰੈਂਟ ਐਮ ਪੀਸ ਦੇ ਨਾਲ ਕੰਮ ਕੀਤਾ ਪਹਿਲਾਂ ਜਗਵੀਰ ਬਰਾੜ ਫਿਰ ਮਨੀਸ਼ ਤਿਵਾੜੀ ਫਿਰ ਮੈਂ ਬਿੱਟੂ ਜੀ ਨਾਲ। ਪਰ ਸਾਰੇ ਨਾਲੋਂ ਇੰਪੋਰਟੈਂਟ ਗੱਲ ਇਹ ਹੈ ਕਿ ਵੀ ਤੁਸੀਂ ਸਾਡੇ ਬੜੇ ਫੋਰਚੂਨੇਟ ਹੋ ਖਾਸ ਕਰਕੇ ਲੁਧਿਆਣੇ ਆ ਕਿ ਕੈੜਾ ਸਾਹਿਬ ਦੇ ਪਿੱਛੇ ਪੂਰੀ ਦੀ ਪੂਰੀ ਜਿਹਨੂੰ ਕਹੀਏ ਪੋਲੀਟੀਕਲ ਬੈਕਿੰਗ ਹੈਗੀ ਹੈ ਪੂਰੀ ਡਿਸਟ੍ਰਿਕਟ ਦੀ ਜਿਹੜੀ ਲੀਡਰਸ਼ਿਪ। ਦੇਖੋ ਇਹ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਮੈਂ ਵੀ ਕਾਂਗਰਸ ਦੇ ਇੱਕ ਕਲਚਰ ਹੈਗਾ ਵੈ ਕਿ ਜਦੋਂ ਵੀ ਸਾਡਾ ਕੋਈ ਵਰਕਰ ਗਵਰਨਮੈਂਟ ਦੇ ਵਿੱਚ ਕਿਸੇ ਪੋਜੀਸ਼ਨ ਦੇ ਵਿੱਚ ਆਉਂਦਾ ਹੈਗਾ ਵੈ ਇਹ ਸਾਡੀ ਰਵਾਇਤ ਹੈ ਅੱਜ ਦੀ ਨਹੀਂ ਕਿ ਅਸੀਂ ਸਾਰੇ ਇੱਕ ਦੂਜੇ ਨੂੰ ਵਧਾਈ ਵੀ ਦਿੰਦੇ ਹਾਂ ਔਰ ਉਹਨਾਂ ਨੂੰ ਮਾਨ ਸਨਮਾਨ ਦਿੰਦੇ ਹਾਂ ਔਰ ਇਹਦੇ ਨਾਲ ਲੋਕਾਂ ਨੂੰ ਇਹ ਆਸ ਜਾਗਦੀ ਹੈ ਕਿ ਵੀ ਜਿਹੜੇ ਪਾਰਟੀ ਲਈ ਕੰਮ ਨਿਸਵਾਰਥ ਸੇਵਾ ਕਰਦੇ ਆ ਵਲੰਟਰੀ ਕੰਮ ਕਰਦੇ ਆ ਮਿਸ਼ਨਰੀ ਜ਼ੀਲ ਨਾਲ ਕੰਮ ਕਰ ਰਹੇ ਹੈਗੇ ਨੇ ਉਹ ਜਦੋਂ ਵਕਤ ਆਏਗਾ ਉਹਨਾਂ ਨੂੰ ਵੀ ਰਿਵਾਰਡ ਦਿੱਤਾ ਜਾਵੇਗਾ।